ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕਿ ਮੇਰਾ ਪਸੰਦੀਦਾ ਇੰਟਰਮੀਟਿੰਗ ਫਾਸਟਿੰਗ ਪ੍ਰੋਟੋਕੋਲ ਕਿਹੜਾ ਜਿਹਨੂੰ ਮੈਂ ਫਾਲੋ ਕਰਦਾ ਕਿਉਂਕਿ ਕਾਫੀ ਵੀਰ ਕਹਿੰਦੇ ਨੇ ਬਾਈ ਤੁਸੀਂ ਦੱਸੋ ਤੁਸੀਂ ਕਿਹੜਾ ਪ੍ਰੋਟੋਕੋਲ ਫਾਲੋ ਕਰਦੇ ਹੋ ਗੱਲ ਕਰਨੀ ਅੱਜ ਕਿੱਥੇ ਡਾਈਟ ਖਾਣਾ ਮੈਂ ਮੀਲਾਂ ਦੀ ਟਾਈਮਿੰਗ ਵਰਕਆਊਟ ਦੀ ਟਾਈਮ ਕਿਹੜੇ ਸਪਲੀਮੈਂਟ ਤੇ ਉਹਨਾਂ ਦੀ ਬੈਸਟ ਟਾਈਮਿੰਗ ਜੇ ਆਹ ਪ੍ਰੋਟੋਕੋਲ ਤੁਹਾਡੀ ਡਾਈਟ ਦੇ ਵਿੱਚ ਫਿੱਟ ਆ ਗਿਆ ਤੁਹਾਨੂੰ ਬਹੁਤ ਜ਼ਿਆਦਾ ਮਸਲ ਗੇਨ ਤੇ ਫੈਟ ਲੋਸ ਦੇ ਵਿੱਚ ਰਿਜ਼ਲਟ ਆਉਣਗੇ ਜੇ ਨਹੀਂ ਵੀ ਆਇਆ ਐਂਡ ਆਫ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਆਪਣੀ ਸ਼ੈਡਿਊਲ ਦੇ ਹਿਸਾਬ ਨਾਲ ਕਿਹੜਾ ਪ੍ਰੋਟੋਕਾਲ ਫਾਲੋ ਕਰ ਸਕਦੇ ਹਾਂ ਸੋ ਮੈਂ ਕਰਦਾ ਇੰਟਰਮੀਟਿੰਗ ਫਾਸਟਿੰਗ 16 8 ਮਤਲਬ 8 ਘੰਟੇ ਚ ਮੇਰੀਆਂ ਦੋ ਮੀਲਾਂ ਹੁੰਦੀਆਂ ਨੇ 16 ਘੰਟੇ ਦਾ ਫਾਸਟ ਹੁੰਦਾ ਕਿਉਂਕਿ ਨਾ ਤਾਂ ਮੇਰੀ ਬਾਡੀ ਬਹੁਤ ਲੀਨ ਆ ਨਾ ਹੀ ਮੇਰੀ ਬਾਡੀ ਬਹੁਤ ਓਵਰ weight ਆ ਬਾਕੀ ਕਾਰਡ ਦੇ ਦੀ ਐਡਜਸਟਮੈਂਟ ਮੈਂ ਕਰ ਲੈਣਾ ਬਾਡੀ ਦੇ ਹਿਸਾਬ ਨਾਲ ਦੋ ਟਾਈਮ ਮੈਂ ਮੀਲਾ ਖਾਂਦਾ ਇੱਕ ਤਾਂ ਸ਼ਾਮ ਨੂੰ 4 ਵਜੇ ਦੂਜੀ ਮੇਰੀ ਮੀਲ ਹੁੰਦੀ ਆ ਸਵੇਰੇ 8 एएम ਮਤਲਬ ਦੋ ਟਾਈਮ ਮੀਲਾ ਖਾਣਾ ਬਾਕੀ 16 ਘੰਟੇ ਦਾ ਫਾਸਟ ਹੋ ਜਾਂਦਾ ਹੁਣ ਸ਼ੁਰੂ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਦਾਂ ਕਿਦਾਂ ਮੇਰੀ ਰਹਿੰਦੀ ਆ ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਮੈਂ ਮਾਰਨਿੰਗ ਡਰਿੰਕ ਪੀਣਾ ਉੱਠ ਕੇ ਥੋੜੇ ਟਾਈਮ ਬਾਅਦ 5-10 ਮਿੰਟ ਬਾਅਦ ਜਿਹੜੀ ਮਾਰਨਿੰਗ ਡਰਿੰਕ ਦੀ ਮੈਂ ਗੱਲ ਕਰਦਾ ਉਹ ਡਰਿੰਕ ਦੀ YouTube ਤੇ ਵੀਡੀਓ ਹੈਗੀ ਆ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੁਸੀਂ ਦੇਖ ਲਿਓ ਜਾ ਕੇ ਜੇ ਮੈਂ ਉਹ ਮਾਰਨਿੰਗ ਡਰਿੰਕ ਨਹੀਂ ਲੈਂਦਾ ਤਾਂ ਮੈਂ ਵਾਰਮ ਵਾਟਰ ਪੀਣਾ ਨਾ ਹੀ ਪਾਣੀ ਜ਼ਿਆਦਾ ਤੱਤਾ ਹੋਵੇ ਨਾ ਹੀ ਪਾਣੀ ਜ਼ਿਆਦਾ ਠੰਡਾ ਹੋਵੇ ਨਾਰਮਲ ਵਾਟਰ ਤੁਸੀਂ ਇੱਕ ਗਲਾਸ ਉੱਠ ਕੇ ਪੀਣਾ ਉਸ ਤੋਂ ਬਾਅਦ ਮੇਰੀ ਹੋ ਜਾਂਦੀ ਹੈ ਅੱਗੇ ਜਿਮ ਜਾਣ ਦੀ ਟਾਈਮਿੰਗ ਕਿਉਂਕਿ ਮੈਂ ਫਾਸਟ ਸਟੇਜ 'ਚ ਜਿਮ ਲਾਉਣਾ ਸਵੇਰੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜਦੋਂ ਮੈਂ ਜਿਮ ਲਾਵਾਂ ਮੇਰੀ ਬਾਡੀ 'ਚ ਫੂਡ ਹੋਵੇ ਤੇ ਹੁਣ ਜਿਮ ਜਾਣ ਤੋਂ ਪਹਿਲਾਂ ਜਿਹੜੀਆਂ ਮੈਂ ਚੀਜ਼ਾਂ ਲੈਣਾ ਉਹਦੇ ਵਿੱਚ ਕੁਝ ਸਪਲੀਮੈਂਟਰ ਨੇ ਜੋ ਕਿ ਆਪਸ਼ਨਲ ਨੇ ਤੁਸੀਂ ਲੈ ਵੀ ਸਕਦੇ ਹੋ ਤੁਸੀਂ ਨਹੀਂ ਵੀ ਲੈ ਸਕਦੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿਹੜੀਆਂ ਚੀਜ਼ਾਂ ਮੈਂ ਯੂਜ਼ ਕਰਦਾ ਇੱਕ ਤਾਂ ਜਿਮ ਤੋਂ ਪਹਿਲਾਂ ਮੈਂ ਬਲੈਕ ਕਾਫੀ ਲੈਣਾ 30 ਮਿੰਟ ਪਹਿਲਾਂ ਬਲੈਕ ਕਾਫੀ ਦੇ ਨਾਲ ਥੋੜੇ ਜਿਹਾ ਪਾਣੀ ਨਾਲ ਮੈਂ ਐਲ ਕਾਰਨੀਟੇਨ ਦਾ ਸਪਲੀਮੈਂਟ ਲੈਣਾ ਜਿੰਨੇ ਵੀ ਸਪਲੀਮੈਂਟ ਮੈਂ ਤੁਹਾਨੂੰ ਕਹੂੰਗਾ ਅਨ ਫਲੇਵਰਡ ਜਾਂ ਟੈਬਲੇਟ ਫਾਰਮ 'ਚ ਚਾਹੀਦੇ ਨੇ ਕਿਉਂਕਿ ਜੇ ਤੁਸੀਂ ਆਰਟੀਫੀਸ਼ੀਅਲ ਫਲੇਵ ਕੋਈ ਵੀ ਤੁਸੀਂ ਸਪਲੀਮੈਂਟ ਲੈਣ ਕਿ ਥੋੜਾ ਫਾਸਟ ਹੋ ਟੂ ਕਿਉਂਕਿ ਤੁਹਾਡੀ ਜੀਬ ਨੂੰ ਸ਼ੂਗਰ ਲੱਗ ਜਾਣੀ ਆ ਠੀਕ ਆ ਸੋ ਅਨਫਲੇਵਰਡ ਲੈਣੇ ਨੇ ਐਲ ਕਾਨੀਟਨ ਹੋ ਗਿਆ ਬਲੈਕ ਕਾਫੀ ਹੋ ਗਿਆ ਤੇ ਨਾਲ ਮੈਂ ਲੈਣਾ ਐਲ ਸਿਟਰੂਲਿਨ ਅਨਫਲੇਵਰਡ ਤਾਂ ਕਿ ਤੁਹਾਨੂੰ ਪੰਪ ਜਿੰਮ ਚ ਵਧੀਆ ਆਵੇ ਇੱਕ ਦੋ ਚੁਟਕੀਆਂ ਸਾਲਟ ਨਹੀਂ ਹੋਗੀਆਂ ਸੋਡੀਅਮ ਮੈਂ ਤੁਹਾਨੂੰ ਅੱਗੇ ਵੀ ਜ਼ਿਆਦਾ ਰਹਿਣਾ ਸੋਡੀਅਮ ਤੋਂ ਬਿਨਾ ਤੁਹਾਡੀ ਬਾਡੀ એનર્ਜੀ ਵੀ ਪ੍ਰੋਡਿਊਸ ਨਹੀਂ ਕਰੂਗੀ ਤੁਹਾਨੂੰ ਪੰਪ ਵੀ ਨਹੀਂ ਮਿਲੂਗਾ ਕੱਲੀ ਕੱਲੀ ਮੂਵਮੈਂਟ ਲਈ ਸੋਡੀਅਮ ਆਪਣੀ ਬਾਡੀ ਚ ਵਰਕ ਕਰਦਾ ਚਾਹੇ ਤੁਸੀਂ ਹੱਥੇ ਹਿਲਾਉਣਾ ਸੋ ਸੋਡੀਅਮ ਨਾਲ ਪਰਫਾਰਮੈਂਸ ਬਹੁਤ ਵਾ 50 ਮਿੰਟ ਵਰਕਆਊਟ ਕਰਨੇ ਨੂੰ ਲੈ ਕੇ ਤੁਸੀਂ 55 ਜਾਂ 60 ਮਿੰਟ ਹੀ ਕਰੋਗੇ ਹੁਣ ਮੈਂ ਤੁਹਾਨੂੰ ਸਾਰੇ ਸਪਲੀਮੈਂਟਾਂ ਦੀ ਇਹਨਾਂ ਦੀ ਬੈਨੀਫਿਟਿੰਗ ਦੱਸਣੇ ਮੈਂ ਦੱਸਣ ਕੀ ਆ ਚੀਜ਼ਾਂ ਮੈਂ ਲੈ ਕੇ ਜਾਣਾ ਜਿੰਮ ਤੋਂ ਪਹਿਲਾਂ ਸਾਰੀਆਂ ਚੀਜ਼ਾਂ আনਫਲੇਵਰਡ ਹੁੰਦੀਆਂ ਨੇ ਕੋਈ ਫਾਸਟ ਤੇ ਇਹਨਾਂ ਦਾ ਇੰਪੈਕਟ ਨਹੀਂ ਪਰ ਕੋਈ ਬੀਸੀ ਵਗੈਰੇ ਲੈਣਾ ਕਿਉਂਕਿ ਬੀਸੀ ਚ ਲੂਸੀਨੋ ਦਾ ਉਹ ਥੋੜਾ ਇਨਸੂਲਿਨ ਅਪ ਕਰਦਾ ਅਮੀਨੋ ਫਿਰ ਉਹ ਥੋੜਾ ਫਾਸਟ ਤੋੜਦੇ ਨੇ ਸੋ ਆ ਚੀਜ਼ਾਂ 20-30 ਮਿੰਟ ਲੈ ਕੇ ਮੈਂ ਜਿੰਮ ਜਾਣਾ ਜਿੰਮ ਦੇ ਵਿੱਚ 10 ਮਿੰਟ ਟ੍ਰੈਡਮਿਲ ਤੇ ਵਾਰਮ ਅਪ ਹੋ ਕੇ ਮੈਂ ਆਪਣੀ ਜਿਹੜੀ ਵੇਟ ਟ੍ਰੇਨਿੰਗ ਲਾਉ ਬਹੁਤ ਤੋਂ ਬਹੁਤ 60 ਮਿੰਟ ਦੀ ਕਿਉਂਕਿ ਮੈਂ ਲੰਬਾ ਨਹੀਂ ਜਾਂਦਾ ਮੈਂ ਤੁਹਾਨੂੰ ਕਿਹਾ ਕਿ ਤੁਹਾਡੀ ਬੋਡੀ ਇੱਕ ਸਟ੍ਰੈਸ ਹੋ ਜਾਂਦੀ ਹੈ ਜਿਆਦਾ ਤੁਸੀਂ ਲੰਬਾ ਵਰਕਆਊਟ ਕਰਦੇ ਹੋ ਕਿਉਂਕਿ ਉਸ ਤੋਂ ਬਾਅਦ ਕਈ ਬੰਦੇ ਨੇ ਕਾਰਡੀਓ ਵੀ ਕਰਨੀ ਹੁੰਦੀ ਹੈ ਸੋ 40 50 ਮਿੰਟ ਦੇ ਵਿੱਚ ਪੂਰਾ ਜੋਰ ਮਾਰੋ ਖੜੋ ਨਾ ਪਰ ਸ਼ਾਰਟ ਰੱਖੋ ਥੋੜੀ ਜਿਹੀ ਆਪਣੀ ਡਿਊਰੇਸ਼ਨ ਇੰਟੈਂਸਿਟੀ ਹਾਈ ਰੱਖੋ ਡਿਊਰੇਸ਼ਨ ਸ਼ਾਰਟ ਰੱਖੋ ਨਾਲ ਦਾ ਗ੍ਰੋਥ ਹਾਰਮੋਨ ਉੱਪ ਜਾਣਗੇ ਨਾਲੇ ਕੋਰਟੀਸੋਨ ਨਹੀਂ ਉੱਪ ਜਾਊਗਾ ਤੇ ਬਾਅਦ ਚੋਂ ਕਾਰਡੀਓ ਕਾਰਡੀਓ ਮੈਂ ਆਲਵੇਜ਼ ਆਫਟਰ ਕਰਦਾ ਹੁਣਾ ਉਹ ਮੇਰੀ ਬੋਡੀ ਤੇ ਆ ਜੇ ਮੈਨੂੰ ਲੱਗਦਾ ਕਿ ਮੇਰੇ ਤੇ ਫੈਟ ਆ ਮੈਂ 10 ਮਿੰਟ ਪਹਿਲਾਂ ਵਾਰਮ-ਅਪ ਲਾ ਕੇ ਜਿਮ ਲਾ ਕੇ ਫਿਰ 10-20 ਮਿੰਟ ਕਾਰਡੀਓ ਕਰ ਲੈਣਾ ਜੇ ਮੈਨੂੰ ਲੱਗਾ ਜ਼ਿਆਦਾ ਫੈਟ ਆ ਮੈਂ ਫਿਰ ਕਾਰਡੀਓ 30 ਮਿੰਟ ਦੀ ਕਰ ਲੈਣਾ ਜੇ ਲੱਗਦਾ ਕਿ ਘੱਟ ਫੈਟ ਆ ਫਿਰ ਕਾਰਡੀਓ ਕਈ ਵਾਰ ਸਕਿਪ ਵੀ ਕਰ ਲਈਦੀ ਆ ਬੋਡੀ ਦੀ ਕੰਡੀਸ਼ਨ ਦੇਖ ਕੇ ਕੱਲੀ ਜਿਮ ਲਾ ਕੇ ਮੁੜ ਜਾਈਦਾ ਵਾਰਮ-ਅਪ ਹੋ ਕੇ ਉਸ ਤੋਂ ਬਾਅਦ ਆ ਕੇ ਮੈਂ ਕੀ ਕਰਦਾ ਜੇ ਮੰਨ ਲਓ ਮੈਂ ਸਵੇਰੇ 5 ਵਜੇ ਜਿਮ ਲਾ ਲਈ 6 ਵਜੇ ਲਾ ਲਈ ਮੇਰਾ 8 ਵਜੇ ਪਹਿਲੀ ਮੀਲ ਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ 8 ਵਜੇ ਮੈਂ ਆਪਣਾ ਫਾਸਟ ਤੋੜਦਾ ਹਾਂ ਕਿਉਂਕਿ ਹੁਣ ਤੁਸੀਂ ਦੇਖੋ ਸ਼ਾਮ ਨੂੰ 4 ਵਜੇ ਮੀਲ ਖਾਧੀ ਸ ਦੇਉਦੂ ਬਾਅਦ 4 5 6 ਜੇ ਮੈਂ 6 ਵਜੇ ਵੀ ਵਰਕਆਊਟ ਕਰਦਾ ਮੈਂ 14 ਘੰਟੇ ਬਾਅਦ ਵਰਕਆਊਟ ਕਰਦਾ ਪੂਰੀ ਡੀਪ ਫਾਸਟ ਸਟੇਜ ਮਤਲਬ ਮੇਰੀ ਬਾਡੀ ਦੇ ਵਿੱਚੋਂ ਸਲੇਵਰ ਗਲਾਈਕਜਨ ਡਿਪਲੀਟ ਹੋ ਜਾਂਦਾ ਉੱਥੇ ਵੀ ਮੇਰੀ ਬਾਡੀ ਫੈਟ ਬਹੁਤ ਜ਼ਿਆਦਾ ਫੈਟ ਬਰਨ ਜੋ ਤੇ ਹੁੰਦੀ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਮ ਲਾ ਕੇ ਪੋਸਟ ਵਰਕਆਊਟ ਤੋਂ ਹੁਣ ਮੇਰੀ ਬਾਡੀ ਨੂੰ ਮੈਂ ਐਨਾਬੋਲਿਕ ਵਿੰਡੋ ਚ ਲੈ ਕੇ ਜਾਣਾ ਜੇ ਮੇਰੀ 6 ਵਜੇ ਤੋਂ 7 ਵਜੇ ਤੱਕ ਜਿਮ ਲੱਗੀ ਜਾਂ 5 ਤੋਂ 7 ਵਜੇ ਤੱਕ ਲੱਗੀ ਮੈਂ ਘਰੇ ਆ ਗਿਆ ਉਸ ਤੋਂ ਬਾਅਦ ਜਿਮ ਤੋਂ ਬਾਅਦ ਆ ਕੇ ਮੈਂ ਥੋੜੀ ਜਿਹੀ ਸਿਨਮਨ ਦਾਲਚੀ ਕਿਉਂਕਿ ਇੱਕ ਵਾਰ ਮੈਂ ਇੰਨਾ ਜ਼ਿਆਦਾ ਫਾਸਟ ਕਰਿਆ ਉਹ ਫਾਸਟ ਨੇ ਟਾਈਮ ਦੇ ਵਿੱਚ ਬੇਨਫਿਟ ਇਹ ਹੋਣਗੇ ਕਿ ਮੇਰਾ ਗਰੋਥ ਹਾਰਮੋਨ ਬਹੁਤ ਉੱਪ ਜਾਣਗੇ ਫਾਸਟ ਨਾਲ ਉਸ ਤੋਂ ਬਾਅਦ ਜਦੋਂ ਐਕਸਾਈ ਕਰਦੇ ਹਾਂ ਇੱਕ ਹੋਰ ਮੇਰੀ ਗਰੋਥ ਹਾਰਮੋਨ ਨੂੰ ਬਹੁਤ ਉੱਪ ਬੂਸਟ ਮਿਲਦਾ ਉੱਥੇ ਸੋ ਗਰੋਥ ਹਾਰਮੋਨ ਆਈਜੀਐਫ 1 ਵਗੈਰਾ ਰੈਡੀ ਟੂ ਗੋ ਨੇ ਪੀਕ ਤੇ ਨੇ ਸਮਝ ਲਓ ਉੱਤੇ ਜੀ ਮੇਰੀ ਫੈਟ ਬਨ ਵੀ ਚੱਲ ਰਹੀ ਆ ਕਿਉਂਕਿ ਇੰਨਾ ਟਾਈਮ ਫਾਸਟ ਕਰਿਆ ਹੁਣ ਕੀ ਮੇਰੀ ਬਾਡੀ ਡਿਮਾਂਡ ਕਰ ਰਹੀ ਆ ਫੂਡ ਦੇਣਾ ਬਾਡੀ ਨੂੰ ਐਨਾਬੋਲਿਕ ਜੇ ਲੈ ਕੇ ਜਾਣਾ ਥੋੜਾ ਬਹੁਤ ਜਿਹੜਾ ਮਾੜਾ ਮਾੜਾ ਪੁਰਾਣਾ ਪ੍ਰੋਟੀ ਐਨਾਬੋਲਿਕ ਤੇ ਜਾ ਰਹੇ ਆ ਤਕੜੇ ਜਾ ਰਹੇ ਆ ਬੋਲਕ ਪਹੁੰਚ ਜਾ ਰਹੇ ਆ ਹੁਣ 7 ਜਾਂ 8 ਵਜੇ ਸਿਰਾਮਨ ਮੈਨੂੰ ਰਹਿ ਗਈ ਸੀ ਸਿਰਾਮਨ ਮੈਂ ਤਾਂ ਲੈਣਾ ਕਿਉਂਕਿ ਜਦੋਂ ਤੁਹਾਡੀ ਬਾਡੀ ਤੇ ਕorticisol ਹਾਈ ਹੁੰਦਾ ਤੁਸੀਂ ਸਿਰਾਮਨ ਲੈਣੇ ਉਸ ਸਿਰਾਮਨ ਕੀ ਚੀਜ਼ ਆ ਸਿਰਾਮਨ ਇਨਸੁਲਿਨ ਮੈਕਾ ਮਤਲਬ ਇਨਸੁਲਿਨ ਹਾਰਮੋਨ ਥੋੜਾ ਇਹਨਾਂ ਰਿਸਪੌਂਸ ਦੇ ਦਿੰਦਾ ਥੋੜੀ ਬਾਡੀ ਦਾ ਕorticisol ਹਾਰਮਨ ਲੋ ਹੁੰਦਾ ਸਿਰਾਮਨ ਨਾਲ ਦਾਲਚੀਨੀ ਨਾਲ ਕਿਉਂਕਿ ਥੋੜਾ ਆਪਾਂ ਐਨਾਬੋਲਿਕ ਵਿੰਡੋ ਸਟਾਰਟ ਕਰਨੀ ਹੈ ਖਾਣਾ ਸਟਾਰਟ ਕਰਨਾ ਆਪਾਂ ਨਹੀਂ ਚਾਹੁੰਦੇ ਕਿ ਆਪਣਾ ਕorticisol ਹਾਰਮੋਨ ਫਾਸਟਿੰਗ ਨਾਲ ਵੀ ਅੱਪ ਕੋਰਟੀਸੋਲ ਹਾਰਮੋਨ ਸਟ੍ਰੈਸ ਨਾਲ ਪਿਆਦਾ ਐਕਸਰਸਾਈਜ਼ ਦੇ ਸਟ੍ਰੈਸ ਪਿਆਉਂਦਾ ਬਾਡੀ ਤੇ ਹਾਈ ਕੋਰਟੀਸੋਲ ਹੁਣ ਪ੍ਰੋਟੀਨ ਮੈਂ ਲਊਂਗਾ ਜਿਹੜੀ ਮੈਂ ਮੀਲ ਲਊਂਗਾ ਉਹਦੇ ਨਾਲ ਇਨਸੁਲਿਨ ਵੀ ਹਾਈ ਜਾਣਾ ਫਿਰ ਮੇਰਾ ਕੀ ਹੋਊਗਾ ਉਹ ਦੋਨੇ ਚੀਜ਼ ਆਪ ਮਾੜੀਆਂ ਨੇ ਸੋ ਤਾਂ ਕਰਕੇ ਮੈਂ 15-20 ਮਿੰਟ ਪਹਿਲਾਂ ਸਿਨਾਮਨ ਲੈ ਲਈ ਤਾਂ ਕਿ ਮੇਰਾ ਕੋਰਟੀਸੋਲ ਹਾਰਮੋਨ ਡਾਊਨ ਜਾਵੇ ਫਿਰ ਮੈਂ ਜਦੋਂ ਐਨਾਬੋਲ ਕਰਾਂ ਫਿਰ ਮਰਾ ਇਨਸੁਲਿਨ ਹਾਰਮੋਨ ਨੇ ਆਪ ਜਾਣਾ ਹੀ ਹੈ ਕਿਉਂਕਿ ਗਾਂ ਆਪਣੀ ਐਨਾਬੋਲਿਕ ਬਿੰਦੂ ਆ ਠੀਕ ਹੈ ਜੀ ਸੋ ਉਸ ਤੋਂ ਬਾਅਦ ਮੈਂ 7 ਜਾਂ 8 ਵਜੇ ਜਿਵੇਂ ਮੈਂ ਕਿਹਾ ਸੀ ਮੇਰੇ 8 ਟ ਇੱਕ ਸਕੂਪ ਪ੍ਰੋਟੀਨ ਦਾ ਹੁਣ ਪ੍ਰੋਟੀਨ ਨੂੰ ਮੈਂ ਆਲਵੇਜ ਪਾਣੀ ਨਾਲ ਲੈਣਾ ਜੇ ਮੈਨੂੰ ਲੱਗਦਾ ਕਿ ਮੇਰੀ ਬਾਡੀ ਸਹੀ ਆ ਜੇ ਮੈਨੂੰ ਲੱਗਦਾ ਕਿ ਯਾਰ ਮੇਰੀ ਬਾਡੀ ਮੈਂ ਥੋੜਾ ਜਿਹਾ ਗੇਨ ਕਰਨਾ ਮੇਰੀ ਬਾਡੀ ਤੇ ਫੈਟ ਹੈ ਨਹੀਂ ਜਿਆਦਾ ਜ਼ੋਰ ਲੱਗਿਆ ਫਿਰ ਮਨੂੰ ਮਿਲਕ ਚ ਐਡ ਕਰ ਸਕਦਾ ਚਾਹੇ ਮੈਂ 400 ml ਲਵਾਂ 500 ml ਲਵਾਂ 300 ml ਲਵਾਂ ਪ੍ਰੋਟੀਨ ਨੂੰ ਮਤਲਬ ਮਿਲਕ ਨਾਲ ਨਾ ਲੈਣਾ ਠੀਕ ਆ ਆਪਣੀ ਬਾਡੀ ਦੇ ਹਿਸਾਬ ਨਾਲ ਉਹਦੇ ਵਿੱਚ ਕੀ ਹੁੰਦਾ ਇੱਕ ਸਕੂਪ ਪ੍ਰੋਟੀਨ ਦਾ ਇੱਕ ਸਕੂਪ ਕੋਲੇਜਨ ਪ੍ਰੋਟੀਨ ਦਾ ਕੋਲੇਜਨ ਪ੍ਰੋਟੀਨ ਕਿਹੜਾ ਹੁੰਦਾ ਥੋੜੀ ਸਕਿਨ ਹੇਅਰ ਨੇਲ ਲਈ ਵਧੀਆ ਹੋ ਆ ਤੁਹਾਨੂੰ ਆਲ ਵਿੱਚ ਉਹਦੇ ਦੇ ਵੀ ਇੱਕ ਵੀਡੀਓ ਪਿੱਛੇ ਦੇਖ ਲਿਓ 콜ਾਜਨ ਪ੍ਰੋਟੀਨ ਤੇ ਆਲਸੋ ਉਹਦੇ ਵਿੱਚ ਗਲਾਈਸਿਨ ਹੁੰਦਾ ਤੁਹਾਡੇ ਢਿੱਡ ਦੀ ਹੈਲਥ ਲਈ ਵੀ ਗੁੱਡ ਆ ਹੁਣ ਬੇਬੋਡਿਨ ਹੋ ਗਿਆ 콜ਾਜਨ ਹੋ ਗਿਆ 5 ਗ੍ਰਾਮ ਇਹਦੇ ਵਿੱਚ ਹੋ ਗਿਆ ਕਿਰੀਟੇਨ ਤੇ ਲਾਈਟ ਮੀਲ ਦੇ ਲੈਣਾ ਮੈਂ ਈਡਬਲ ਯਾਨੀ ਕਿ ਐਸੈਂਸ਼ੀਅਲ ਮੀਨੋ ਐਡ ਕਰ ਸਕਦਾ ਜਾਂ ਬੀਸੀਡਬਲ ਐਡ ਕਰ ਸਕਦਾ ਤਾਂ ਕਿ ਐਕਸਟਰਾ ਕਪ ਨੂੰ ਲੂਸਿਨ ਵੀ ਮਿਲੇ ਈਡਬਲ ਦੇ ਵਿੱਚੋਂ ਆਪਾਂ ਨੂੰ ਐਸੈਂਸ਼ੀਅਲ ਮੀਨੋ ਮਿਲਣ ਤਾਂ ਕਿ ਆਪਣੀ ਜ਼ਿਆਦਾ ਮਸਲ ਪ੍ਰੋਟੀਨ ਸਿੰਥਸ ਉੱਥੇ ਐਕਟੀਵੇਟ ਹੋਵੇ ਆਮੀਲ ਦੇ ਨਾਲ ਮੈਂ ਕੋਈ ਇੱਕ ਫਰੂਟ ਲੈਣਾ ਹਾਂ ਮੈਂ ਰეკਮੈਂਡ ਕਰਦਾ ਹਾਂ ਕਿ ਤੁਸੀਂ ਕੋਈ ਵੀ ਫਰੂਟ ਲੈ ਸਕਦੇ ਹੋ ਬਨਾਣਾ ਲੈ ਸਕਦੇ ਹੋ ਬਲੂ ਬੇਰੀ ਸਟਰਾਬਰੀ ਜਾਂ ਕੋਈ ਵੀ ਜਾਂ ਸਭ ਤੋਂ ਵਧੀਆ ਐਪਲ ਆ ਇੱਕ ਐਪਲ ਖਾ ਲੋ ਨਾਲ ਵਿੱਚ ਫਾਈਬਰ ਹੁੰਦੀ ਆ ਤੁਹਾਨੂੰ ਕਨਸਟਿਪੇਸ਼ਨ ਵਗੈਰਾ ਦੀ ਪ੍ਰੋਬਲਮ ਨਹੀਂ ਆਊਗੀ ਸੋ ਲਾਈਟ ਮੀਲ ਦੇ ਨਾਲ ਇੱਕ ਫਰੂਟ ਲੈ ਲੋ ਆ ਲਾਈਟ ਮੀਲ ਹੋਗੀ ਇੱਕ ਮੇਰੀ ਕਿਉਂਕਿ ਹੁਣ ਮੈਂ 15 16 ਘੰਟੇ ਬਾਅਦ ਖਾ ਰਿਹਾ ਮੈਂ ਨਹੀਂ ਚਾਹੁੰਦਾ ਕਿ ਇੱਕੋ ਲਾਤ ਮੈਂ ਕੋਈ ਸੋਲਡ ਮੀਲ ਸਿੱਟਾਂ ਕਿਉਂਕਿ ਮੇਰਾ ਮੈਦਾ ਹੁਣ ਇੱਕ ਸਲੀਪ ਤੇ ਪਿਆ ਉਹਨੂੰ ਫੂਡ ਨਹੀਂ ਦਿੱਤਾ ਇੰਨੇ ਟਾਈਮ ਦਾ ਤਾਂ ਕਰਕੇ ਇੱਕ ਲਾਈਟ ਮੀਲ ਲੈ ਲਈ ਤੇ ਉਸ ਤੋਂ 9 ਵਜੇ ਇੱਕ ਮੇਰੀ ਬੈਸ ਮੀਲ ਹੋਗੀ ਜਿਹੜੀ ਆਪਾਂ ਨਾਰਮਲੀ ਤੁਹਾਨੂੰ ਫਿੱਟ ਰਣਾ ਚਾਹ ਤੁਹਾਨੂੰ ਪਤਾ ਜੇ ਤੁਸੀਂ ਪਨੀਰ ਖਾਣੇ ਉਹ ਪਨੀਰ ਐਡ ਕਰ ਸਕਦੇ ਹੋ ਜਾਂ ਫਿਰ ਤੁਹਾਡਾ ਚਿਕਨ ਹੋਵੇ ਉਹ ਐਗ ਹੋਣ ਜਾਂ ਫਿਰ ਕੰਪਲੈਕਸ ਕਾਰਬ ਹੋਣ ਥੋੜੀ ਜਿਹੀ ਵੈਜੀਟੇਬਲ ਹੋਵੇ ਹੈਲਦੀ ਜਿਹੜੀ ਫੈਟ ਦਾ ਪੋਰਸ਼ਨ ਹੋਵੇ ਉਹ ਇੱਕ ਸੋਲਡ ਮੀਲ ਆ ਗਈ ਕਹਿਣ ਦਾ ਮਤਲਬ ਇੱਕ ਡੇਢ ਘੰਟੇ ਦੇ ਵਿੱਚ ਆਹ ਮੇਰੀਆਂ ਦੋ ਈ ਮੀਲਾਂ ਹੋ ਗਈਆਂ ਉਸ ਤੋਂ ਬਾਅਦ ਹੁਣ ਮੇਰੇ ਕੋਲ ਤੁਹਾਨੂੰ ਪਤਾ ਕਿ 8 ਘੰਟੇ ਦੀ ਇਟੇਮਡੂਆ ਵਿੱਚ ਮੈਂ ਉਸ ਤੋਂ ਬਾਅਦ ਚਾ ਕੇ ਕੁਝ ਨਹੀਂ ਬਾਰ ਬਾਰ ਖਾਣਾ ਮੈਂ ਹੁਣ ਬਾਡੀ ਨੂੰ ਰੈਸਟ ਦਊਂਗਾ ਕਿ ਫੂਡ ਨੂੰ ਹਾਜ਼ਮ ਕਰੇ ਕਿਉਂਕਿ ਜਦੋਂ ਮੈਂ ਆ ਚੀਜ਼ਾਂ ਖਾ ਲੀਆਂ ਪ੍ਰੋਟੀਨ ਖਾਣ ਨਾਲ ਮੇਰਾ ਆਈਜੀਐਫ1 ਇਨਸੁਲਿਨ ਲਾਈਕ ਗਰੋਥ ਫੈਕਟਰ 1 ਅੱਪ ਜਾਊਗਾ ਇਨਸੁਲਿਨ ਅੱਪ ਜਾਊਗਾ ਐਮਟੋਰ ਅੱਪ ਜਾਊਗਾ ਹੁਣ ਬਾਡੀ ਐਨਾਬੋਲਿਕ ਚ ਚੱਲ ਪਈ ਕਿ ਯਾਰ ਹੁਣ ਆਪਾਂ ਜਿਮ ਲਾਉਣ ਤੋਂ ਬਾਅਦ ਐਨਾਬੋਲਿਕ ਚ ਨੂੰ ਹੋ ਗਏ ਕਿ ਮਸਲ ਬਿਲਡ ਜੋਨ ਤੇ ਚਲੇ ਗਏ ਆਪਾਂ ਤਕੜਾ ਰਿਸਪੌਂਸ ਆ ਗਿਆ ਇੱਕ ਤੇ ਹੁਣ ਉਸ ਤੋਂ ਬਾਅਦ 11 12 ਵਜੇ ਮੈਂ ਪੀਊਗਾ ਬਲੈਕ ਕਾਫੀ ਅਗੇਨ ਕਿਉਂਕਿ ਦਿਨ ਚ ਮੈਂ ਦੋ ਵਾਰ ਬਲੈਕ ਕਾਫੀ ਪੀਣਾ ਮੈਂ ਸੌਣ ਤੋਂ ਪੰਜ 6 ਘੰਟੇ ਪਹਿਲਾਂ ਕੱਟ ਕਰਦਾ ਕਿਉਂਕਿ ਫਿਰ ਕੈਫੀ ਸ਼ੇ 7 ਘੰਟੇ ਨਹੀਂ ਤੇ ਤੁਹਾਨੂੰ ਸਲੀਪ ਬਦ ਨਹੀਂ ਹੋਊਗੀ ਤੇ ਸਲੀਪ ਬਦ ਨਹੀਂ ਹੋਊਗੀ ਤਾਂ ਬਹੁਤ ਪ੍ਰੋਬਲਮਾਂ ਨੇ ਠੀਕ ਆ ਸਟ੍ਰੈਸ ਆਉਂਦਾ ਬਾਡੀ ਤੇ ਹਾਰਮੋਨ ਹੀ ਅਪ ਜਾਂਦੇ ਨੰਬਰ 2 ਉਸ ਤੋਂ ਬਾਅਦ 12 1 ਵਜੇ ਮੈਂ ਗ੍ਰੀਨ ਟੀ ਪੀਊਂਗਾ ਉਹਨਾਂ ਦੇ ਵਿੱਚ ਕੋਈ ਮਤਲਬ ਆਪਾਂ ਕੋਈ ਚੀਜ਼ ਨਹੀਂ ਪਾਉਣੀ 슈ਗਰ ਮਿਲਕ ਬਰਾ ਕੁਝ ਨਹੀਂ ਪਾਉਣਾ ਕੋਈ ਵੀ ਐਦਾਂ ਦੀ ਚੀਜ਼ ਨਹੀਂ ਪਾਉਣੀ ਜਿਹੜਾ ਵਿੱਚ ਥੋੜਾ ਇੱਕ ਦੁਬਾਰਾ ਬਲੱਡ 슈ਗਰ ਅਪ ਕਰੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਪੂਰੇ ਸਾਰੇ ਮਸਲ ਬਿਲਡ ਹਾਰਮੋਨ ਅਪ ਜਾਣ ਉਸ ਤੋਂ ਬਾਅਦ ਸਾਰੇ ਹਾਰਮੋਨ ਉਹ 12 1 ਵਜੇ ਨੂੰ ਡਾਊਨ ਆਉਣ ਲੱਗਣ ਜਦੋਂ ਉਸ ਤੋਂ ਬਾਅਦ 3:30 ਜਾਂ 4 ਵਜੇ ਮਿੱਤਰੋ ਦੂਜੀ ਮੀਲ ਆ ਜਾਂਦੀ ਹੈ ਫਿਰ ਮਤਲਬ ਹੁਣ ਫੇਰ ਐਨਾ ਬੋਲ ਵਿੱਚ ਚੱਲ ਪਏ ਆਪਾਂ ਠੀਕ ਆ ਐਨੇ ਕੀ ਟਾਈਮ ਤੇ ਫੂਡ ਹਾਜਮ ਹੋਇਆ ਬਾਡੀ ਫੇਰ ਡਿਮਾਂਡ ਵਧੀਆ ਬਾਡੀ ਦੀ ਨਿਊਟ੍ਰੀਨ ਲੈਂਣ ਦੀ ਫਿਰ ਉਹ ਹਾਰਮੋਨਾਂ ਨੇ ਪੂਰਾ ਤਕੜਾ ਰਸਵਾਉ ਦੇਣਾ ਮਤਲਬ ਹੁਣ 3:30 ਵਜੇ ਮੀਲ ਜੇ ਖਾਣ ਲੱਗੇ 4 ਵਜੇ ਫਿਨਿਸ਼ ਕਰ ਦਿਓ ਮੀਲ ਕਿਹੜੀ ਹੋਗੀ ਅਗੇਨ ਜਿਵੇਂ ਮੈਂ ਕਿਹਾ ਜੇ ਤੁਸੀਂ ਪਿਓਰ ਵੈਜੀਟੇਰਨ ਹੋ ਤੁਸੀਂ ਪ੍ਰੋਟੀਨ ਵਗੈਰਾ ਐਡ ਕਰੋ ਜਾਂ ਪਨੀਰ ਐਡ ਕਰੋ ਐਗੀ ਟੇਰ ਨੂੰ ਐਗ ਐਡ ਕਰੋ ਜਾਂ ਫਿਰ ਚਿਕਨ ਫਿਸ਼ ਜਾਂ রেড ਮੀਟ ਕੋਈ ਵੀ ਥੋੜੀ ਬੈਸ ਮੀਲ ਜਿਹਦੇ ਪ੍ਰੋਟੀਨ ਰੱਖ ਲੋ ਹਾਈ ਆਪਣਾ ਵਧੀਆ ਵੈਜੀਟੇਬਲ ਐਰੋ ਹੈਲਦੀ ਫੈਟ ਦਾ ਕੋਈ ਪੋਰਸ਼ਨ ਲੈ ਲਓ ਹੁਣ ਇਹ ਮੀਲ ਨੂੰ ਮੈਂ 4 ਵਜੇ ਫਿਨਿਸ਼ ਕਰ ਲੈਣਾ ਚਾਹੇ ਮੈਂ ਸਵੇਰ ਦੇ ਧੁਖਾਂ ਲੱਗਾ ਚਾਹੇ ਮੈਂ ਸਾਢੇ 3 ਧੁਖਾਂ ਲੱਗਾ 4 ਵਜੇ ਮੇਰੀ ਮੀਲ ਫਿਨਿਸ਼ ਹੋ ਗਈ ਮਤਲਬ 4 ਵਜੇ ਤੋਂ ਬਾਅਦ ਮੈਂ ਕੋਈ ਗ੍ਰੀਨ ਟੀ ਬਲੈਕ ਕਾਫੀ ਨਹੀਂ ਲਵਾਂਗਾ ਸਿੰਪਲ ਪਾਣੀ ਪੀ ਸਕਦਾ ਜਾਂ ਕੋਈ ਅਰਬਲ ਟੀ ਲੈ ਸਕਦਾ ਕਿਉਂਕਿ ਬਲੈਕ ਕਾਫੀ ਜਾਂ ਗ੍ਰੀਨ ਟੀ ਚ ਕੈਫੀਨ ਹੁੰਦੀ ਹੈ ਕੈਫੀਨ ਆਪਾਂ ਕੱਟ ਕਰਨੀ ਆ ਗ੍ਰੀਨ ਟੀ ਚ ਘੱਟ ਹੁੰਦੀ ਆ ਪਰ ਹੁੰਦੀ ਆ ਸੋ ਅਰਬਲ ਟੀ ਠੀਕ ਆ ਪਾਣੀ ਇਹ ਟਾਈਮ ਵਿੰਡੋ ਸਟਾਰਟ ਹੋਣੀ ਆ ਮਤਲਬ ਆ ਦੋ ਟਾਈਮ ਆ ਆਪਣੀ ਬਾਡੀ ਨੂੰ ਐਨਾਬੋਲਿਕ ਰਿਸਪੌਂਸ ਦੇਣਾ ਬਾਕੀ ਟਾਈਮ ਆਪਣੀ ਬਾਡੀ ਨੂੰ ਰਿਕਵਰ ਹੋਣ ਦਾ ਟਾਈਮ ਦੇਣਾ ਤਾਂ ਕਿ ਮੇਰੇ ਗਰੋਥ ਹਾਰਮੋਨ ਅੱਪ ਜਾਣ ਮੇਰੀ ਬਾਡੀ ਤੇ ਜਿਆਦਾ ਜਿਹੜਾ ਫੂਡ ਆ ਔਰ ਸ਼ਾਮ ਨੂੰ ਜਿਵੇਂ ਹੁਣ ਮੰਨ ਲਓ ਤੁਸੀਂ ਤਿੰਨ ਚਾਰ ਘੰਟੇ ਬਾਅਦ ਤੁਹਾਡਾ ਬਲੱਡ ਸ਼ੂਗਰ ਲੋ ਹੋਣਾ ਇਹ ਸਟੱਡੀ ਨੇ ਸ਼ੋਅ ਕਰਿਆ ਜੇ ਸੌਣ ਤੋਂ ਤਿੰਨ ਚਾਰ ਘੰਟੇ ਪਹਿਲਾਂ ਤੁਹਾਡਾ ਬਲੱਡ ਸ਼ੂਗਰ ਸਟੇਬਲ ਰਹੇ ਤਾਂ ਰਾਤ ਨੂੰ ਹਿਊਮਨ ਗਰੋਥ ਹਾਰਮੋਨ ਦੁੱਗਣੇ ਅੱਪ ਜਾਂਦੇ ਨੇ ਨਾਲੇ ਨੀਂਦ ਵਧੀਆ ਆਉਂਦੀ ਆ ਸੋ ਬੈਟਰ ਆ ਕਿ ਛੇਤੀ ਡਿਨਰ ਕਰਕੇ ਜਦੀ ਮੇਰੇ ਜਿੰਨਾ ਪਹਿਲਾਂ ਨਹੀਂ ਰੱਖਣਾ ਮੈਂ 7 8 ਵਜੇ 9 ਵਜੇ ਜਿੰਨੇ ਵੀ ਸੌਣਾ ਮੇਰੇ ਜਿੰਨਾ ਪਹਿਲਾਂ ਨਹੀਂ ਰੱਖਣਾ ਡਿਨਰ 3 ਘੰਟੇ ਪਹਿਲਾਂ ਰੱਖ ਲਓ ਪਰ ਪਹਿਲਾਂ ਰੱਖੋ ਕਿਉਂਕਿ ਸ਼ਾਮ ਨੂੰ ਥੋੜਾ ਮੈਲਾਟੋਨ ਮੈਂ ਤੁਹਾਨੂੰ ਅੱਗੇ ਵੀ ਕਹਿੰਦੀ ਸ਼ਾਮ ਨੂੰ ਥੋੜਾ ਮੈਲਾਟੋਨਨ ਸਲੀਪ ਹਾਰਮੋਨ ਉੱਪਰ ਜਾਂਦਾ ਹੁੰਦਾ ਜਦੋਂ ਉਹ ਆਪੋਂ ਦਾ ਉੱਪਰ ਜਾਈ ਜਾਂਦਾ ਫਿਰ ਇਨਸੂਲਿਨ ਤੁਸੀਂ ਰੈซิਸਟੈਂਸ ਹੁੰਨੇ ਉਹ ਟਾਈਮ ਮਤਲਬ ਉਹ ਟਾਈਮ ਇਨਸੂਲਿਨ ਜਿਆਦਾ ਵਰਕ ਨਹੀਂ ਕਰਦਾ ਉੱਥੇ ਫੂਡ ਜਿਆਦਾ ਕਾਰਬੋਹਾਈਡਰੇਟ ਜਿਆਦਾ ਪ੍ਰੋਟੀਨ ਖਾਣ ਦਾ ਕੋਈ ਫਾਇਦਾ ਨਹੀਂ ਤੇ ਬਾਕੀ ਹੋਰ ਇਹਦੇ ਵਿੱਚ ਕੁਝ ਆਪਸ਼ਨਲ ਚੀਜ਼ਾਂ ਨੇ ਜਿਹ ਮੈਗਨੀਸ਼ੀਅਮ ਕਿਸੇ ਵੀ ਈਲ ਦੇ ਨਾਲ ਮੈਂ ਮੈਗਨੀਸ਼ੀਅਮ ਸਪਲੀਮੈਂਟ ਐਡ ਕਰ ਲੈਣਾ ਹੁਣਾ ਉਹ ਡਿਨਰ ਨਾਲ ਵੀ ਕਰ ਸਕਦਾ ਕਿਉਂਕਿ ਸਰੀਰ ਵਧੀਆਂ ਉਹ ਦੇ ਰਾਤ ਨੂੰ ਵਿਟਾਮਿਨ ਸੀ ਦਾ ਸਪਲੀਮੈਂਟ ਐਡ ਕਰਦਾ ਮੈਂ ਵਿਟਾਮਿਨ ਡੀ ਮੇਰੀ ਇੱਕ ਈਲ ਦੇ ਨਾਲ ਈਲ 1 ਦੇ ਨਾਲ ਜਾਂ ਲਾਈਟ ਈਲ ਦੇ ਨਾਲ ਕਿਉਂਕਿ ਫੈਟ ਸੋਲੂਬਲ ਵਿਟਾਮਿਨ ਆ ਉਹਨੂੰ ਕਿਸੇ ਈਲ ਦੇ ਨਾਲ ਉਹ ਵਿਟਾਮਿਨ ਡੀ ਦੀਆਂ ਡ੍ਰੋਪਾਂ ਲੈਣਾ ਮੈਂ ਯਾਨੀ ਕਿ ਵਿਟਾਮਿਨ ਡੀ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਰਹਿਣਾ ਸਟੀਰੋਇਡ ਹਾਰਮੋਨ ਆ ਵਿਟਾਮਿਨ ਡੀ ਤੋਂ ਬਿਨਾ ਬਾਡੀ ਬਹੁਤ ਤਰ੍ਹਾਂ ਦੇ ਇਹਦੇ ਨੇ ਕੰਮ ਕਰਨੀ ਕਰਦੀ ਗੁਰੂਕੋਸ਼ਾ ਪਟਿਕ ਵਿਟਾਮਿਨ ਡੀ ਨਾਲ ਬਾਦੀ ਥੋੜਾ ਡੀਐਨਏ ਹੈਂਡੀਕੈਪਟਾ ਵਿਟਾਮਿਨ ਡੀ ਤੋਂ ਬਿਨਾ ਤੁਸੀਂ ਇਹ ਜਿਹੇ ਹਸਾਬਤਾ ਬਲਾ ਲਓ ਕਿ ਵਿਟਾਮਿਨ ਡੀ ਇਦਾਂ ਦੇ ਬੋਡੀ ਚ ਕੰਮ ਕਰਦੀ ਐ ਸੋ ਮੈਗਨੀਸ਼ੀਅਮ ਵਿਟਾਮਿਨ ਡੀ ਵਿਟਾਮਿਨ ਸੀ ਇਦਾਂ ਦੀ ਚੀਜ਼ਾਂ ਲੈਣਾ ਇੱਕ ਹੋਰ ਚੀਜ਼ ਕਰਦਾ ਹੁਣ ਮੈਂ ਮੀਲ 1 ਤੇ ਡਿਨਰ ਲਾਈਟ ਮੀਲ ਚ ਨਹੀਂ ਲਾਈਟ ਮੀਲ ਮੂਰੇ ਆਪਾਂ ਸੈਨਾਮਨ ਦੀ ਗੱਲ ਕਰੀ ਸੀ ਨਾ ਦਾਲ ਚੀਨੀ ਦੀ ਮੀਲ 1 ਤੇ ਡਿਨਰ ਮੀਲ ਤੋਂ ਪਹਿਲਾਂ ਮੈਂ ਇੱਕ ਇੱਕ ਚਮਚਾ ਲੈਮਨ ਦਾ ਤੇ ਇੱਕ ਇੱਕ ਚਮਚਾ ਐਪਲ ਸਾਈਡਰ ਬਿਨੇਗਰ ਦਾ ਜਾਨੀ ਕਿ ਸੇਬ ਦੇ ਸਿਰਕੇ ਦਾ ਲੈਣਾ ਹੁਣ ਕਿਉਂਕਿ ਸੇਬ ਦੇ ਸਿਰਕੇ ਚੋਂ ਦਾ ਐਸਿਟਿਕ ਐਸਿਡ ਸਟਡੀ ਨੇ ਸ਼ੋਅ ਕਰਿਆ ਕਿ ਜਦੋਂ ਤੁਸੀਂ ਮੀਲ ਦੇ ਕੋਲ ਜਾ ਕੇ ਐਪਲ ਸੈਡਰ ਵਿਨੇਗਰ ਲੈਨੇ ਹੋ ਥੋੜਾ ਬਲੱਡ ਸ਼ੂਗਰ ਬਹੁਤ ਛੇਤੀ ਉੱਪ ਨਹੀਂ ਜਾਂਦਾ ਸਟੇਬਲ ਜਾਂਦਾ ਮਤਲਬ ਜਦੋਂ ਤੁਸੀਂ ਹੁਣ ਬਲੱਡ ਸ਼ੂਗਰ ਅੱਪ ਕਰੇਗੇ ਉਹ ਥੋੜੀ ਬਾਡੀ ਦੇ ਵਿੱਚ ਕਾਰਬ ਸਲੋ ਰਿਲੀਜ਼ ਹੋਊਗਾ ਤੁਸੀਂ ਉਹਨੂੰ ਆਪਣੇ ਮਸਾਲਾਂ ਦੇ ਵਿੱਚ ਜ਼ਿਆਦਾ ਜੂਤ ਕਰ ਸਕਦੇ ਹੋ ਜੇ ਹਾਈ ਅੱਪ ਗਿਆ ਉਹਨੂੰ ਤੁਹਾਨੂੰ ਸੁਸਤੀ ਵੀ ਪਾਉਣੀ ਆ ਠੀਕ ਆ ਥੋੜਾ 19 ਛੇਤੀ ਇੰਸਲ ਨੂੰ ਵਰਕ ਕਰਨਾ ਪਊਗਾ ਉਹਨੂੰ ਲੋ ਕਰ ਲਈ ਤੇ ਕਈ ਵਾਰ ਇਹ ਹੁੰਦਾ ਕਿ ਐਕਸਟਰਾ ਕਾਰਬ ਥੋੜੀ ਬਾਡੀ ਛੇਤੀ ਅੱਪ ਜਾਂਦਾ ਫਿਰ ਉਹ ਫੈਟ ਸਟੋਰ ਜਾਂਦਾ ਜੇ ਤੁਸੀਂ ਐਸਿਟਿਕ ਐਸਿਡ ਲੈਣ ਨਾਲ ਐਪਲ ਸਾਈਡਰ ਵਿਨੇਗਰ ਚੋਂ ਆਊਗਾ ਤੁਹਾਨੂੰ ਤਾਂ ਫਿਰ ਉਹ ਗੁਰੂ ਗੋਸ਼ ਨੂੰ ਆਪਣੀ ਬਾਡੀ ਜ਼ਿਆਦਾ ਮਸਲਾਂ ਦੇ ਵਿੱਚ ਖਿੱਚੂਗੀ ਨਾ ਕਿ ਫੈਟ ਸਟੋਰ ਜਾਊਗਾ ਤੇ ਨਾਲੇ ਉਹ ਬਲੱਡ ਸ਼ੂਗਰ ਹਾਈ ਹੋ ਕੇ ਆਪਣੀ ਬਾਡੀ ਨੂੰ ਇਫੈਕਟ ਨਹੀਂ ਕਰੂਗਾ ਤੇ ਵਿਟਾਮਿਨ ਸੀ ਦੀ ਗੱਲ ਕਰੀ ਸੀ ਉਹ ਵੀ ਆਪਣੀ ਡਾਈਜੈਸ਼ਨ ਪ੍ਰੂਵ ਕਰਦਾ ਤੇ ਆਪਣੀ ਸਕਿਨ ਬੈਟਰ ਕਰਦਾ ਹੱਡੀਆਂ ਦੇ ਵਿੱਚ ਕੈਲਸ਼ੀਅਮ ਨੂੰ ਅਬਜ਼ੌਰਬ ਕਰਨ ਚ ਹੈਲਪ ਕਰਦਾ ਵਿਟਾਮਿਨ ਸੀ ਜਾਂ ਫਿਰ ਤੁਸੀਂ ਡਿਨਰ ਮੀਲ ਦੇ ਨਾਲ ਫਿਰ ਉਹਦੇ ਨਾਲ ਅਮੀਨੋ ਲੈ ਸਕਦੇ ਹੋ ਚਾਹੇ EWA ਚਾਹੇ BCAW ਕਿਉਂਕਿ ਡਿਨਰ ਮੀਲ ਦੇ ਵਿੱਚ ਤੁਸੀਂ ਹੋ ਸਕਦਾ ਕਿ ਚਿਕਨ ਫੈਸ਼ ਪਨੀਰ ਦੇ ਵਿੱਚੋਂ ਪ੍ਰੋਟੀਨ ਲੈ ਰਹੇ ਹੋਵੋ ਜੇ ਤੁਸੀਂ ਚਾਹੁੰਦੇ ਹੋ ਕਿ ਐਕਸਟਰਾ ਹੋਰ ਥੋੜਾ ਐਨੋਟ੍ਰੈਕਟਿਵੇਟ ਜਾਵੇ ਜੋ ਕਿ ਐਨਾਬੋਲਿਕ ਪਾਥਵੇ ਆਪਣੀ ਬਾਡੀ ਦਾ ਸੋ ਉਹਦੇ ਨਾਲ ਵੀ ਤੁਸੀਂ ਜਿੰਨੇ ਮੈਂ ਕਿਹਾ BCA ਜਾਂ EWA ਸਭ ਤੋਂ ਵਧੀਆ EWA ਚ ਕਈਆਂ ਚ BCAW ਆਉਂਦਾ ਹੀ ਆ ਉਹ ਕੰਪਲੀਟ ਪ੍ਰੋਫਾਈਲ ਹੁੰਦੀ ਹੈ ਅਮੀਨੋ ਦੀ ਤੁਸੀਂ ਐਕਸਟਰਾ ਡਿਨਰ ਨਾਲ ਫਿਰ ਉਹਦੀ ਕਸਰਵਿੰਗ ਲੈ ਸਕਦੇ ਹੋ ਡਿਨਰ ਤੋਂ ਪਹਿਲਾਂ ਚ ਮਤਲਬ ਫਿਰ ਉਹਦੇ ਨਾਲ ਇੱਕ ਥੋੜੀ ਬਾਡੀ ਫੇਅਰ ਜਾ ਕੇ ਕੋਈ ਇੱਕ ਕੈਨੋਬਾਲ ਕਰਸਪੌਂਡ ਹੋਊਗੀ ਕਿਉਂਕਿ ਉਸ ਤੋਂ ਬਾਅਦ ਥੋੜਾ ਫਾਸਟ ਚੱਲਣਾ ਹੁਣ ਐਨੀ ਈਟੀਮ ਵਿੰਡੋ ਦੇ ਵਿੱਚ ਆਪਾਂ ਪ੍ਰੋਟੀਨ ਦਿੱਤਾ ਬਾਡੀ ਨੂੰ ਕਾਰਬ ਦਿੱਤਾ ਫੈਟ ਦਿੱਤੀ ਆ ਐਸੈਂਸ਼ੀਅਲ ਅਮੀਨੋ ਦਿੱਤੇ ਨੇ ਕਿਵੇਂ ਨਹੀਂ ਆਪਣੀ ਬਾਡੀ ਗਰੋ ਕਰੂਗੀ ਠੀਕ ਆ ਜੇ ਹੁਣ ਫਾਸਟ ਵੀ ਕਰਨਾ ਵਧੀਆ ਵੀ ਨਹੀਂ ਖਾਣਾ ਮਾੜਾ ਖਾਣਾ ਨਿਊਟ੍ਰੀਨੀ ਬਾਡੀ ਨੂੰ ਦੇਣੀ ਫਿਰ ਆਪਣੀ ਮਸਲ ਗਰੋਥ ਨਹੀਂ ਹੋਊਗੀ ਤੇ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਸੀ ਕਿ ਜੇ ਤੁਹਾਡਾ ਆ ਸ਼ਡਿਊਲ ਤੇ ਸੈੱਟ ਨਹੀਂ ਆਉਂਦਾ ਕਿਉਂਕਿ ਬਹੁਤ ਵੀਰ ਬਹੁਤ ਜ਼ਿਆਦਾ अर्ਲੀ ਕੰਮ ਤੇ ਲੱਗਦੇ ਨੇ ਉਹ ਤੁਸੀਂ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਫਾਸਟ ਤੁਸੀਂ ਜਿੱਥੇ ਤੱਕ ਮਰਜ਼ੀ ਰੱਖੋ ਤੁਸੀਂ ਚਾਹੇ ਸਵੇਰ ਦੇ 11 ਤੱਕ ਰੱਖ ਲਓ 12 ਤੱਕ ਰੱਖ ਲਓ ਉਦੋਂ ਪਹਿਲਾਂ ਗ੍ਰੀਨ ਟੀ ਬਲੈਕ ਆਫ ਔਰ ਸਿੰਪਲ ਪਾਣੀ ਓਕੇ ਆ ਸੈਸੌਰ ਦੁਖਦਾ ਚੁਟਕੀ ਗਨੂਣ ਪਾ ਕੇ ਪੀ ਲਓ ਕਿਉਂਕਿ ਤੁਹਾਨੂੰ ਪਤਾ ਕਿ ਜਿਆਦਾ ਜਦੋਂ ਫਾਸਟ ਕਰਦੇ ਹੋ ਇੰਸਲ ਲੋ ਹੋ ਜਾਂਦਾ ਬਾਡੀ ਸੋਡੀਅਮ ਬਹੁਤ ਡੀਪਲੀਟ ਕਰਦੀ ਆ ਤੇ ਵਾਟਰ ਬਹੁਤ ਆ ਤੁਹਾਡੀ ਬਾਡੀ ਸਪਿਲ ਆਊਟ ਕਰਦੀ ਆ ਬਾਹਰ ਤੇ ਉਦੋਂ ਫਿਰ ਨੂਨ ਆਪਣੀ ਹੈਲਪ ਕਰਦਾ ਜਿਹੜਾ ਉਹ ਤੁਹਾਡਾ ਵਾਟਰ ਬੈਲਸ ਥੋੜਾ ਬਲੱਡ ਪ੍ਰੈਸ਼ਰ ਨੂੰ ਨੋਰਮਲ ਰੱਖ ਲਈ ਤਾਂ ਹੀ ਮੈਂ ਕਹਿੰਦਾ ਹਾਂ ਕਿ ਸਾਲਟ ਤੇ ਹੁਣ ਜੇ ਤੁਹਾਡੀ 11 12 ਵਜੇ ਈਟੀਮ ਵਿੰਡੋ ਸਟਾਰਟ ਹੁੰਦੀ ਹੈ ਤੁਸੀਂ ਸ਼ਾਮ ਨੂੰ 5 6 ਵਜੇ ਵਰਕਆਊਟ ਕਰਨਾ ਜਾਂ 4 ਵਜੇ ਕਰਨਾ ਤੁਸੀਂ ਕੀ ਕਰਨਾ ਤੁਸੀਂ ਇੱਕ ਜੀਦਾ ਧਿਆਨ ਰੱਖਣਾ ਕਿ ਪਹਿਲੀ ਥੋੜੀਆਂ ਦੋ ਮੀਲਾਂ ਜਿਹਾ ਸਾਮਣਾ ਲੈ ਲਿਓ ਕਿ ਤੁਹਾਡਾ ਜਿਮ ਦੇ ਵਿੱਚ 4 5 ਘੰਟੇ ਦਾ ਐਟ ਲੀਸਟ 5 ਘੰਟੇ ਦਾ ਫਰਕ ਪੈ ਜਾਵੇ ਉਹ ਤੁਹਾਡਾ ਫੂਡ ਹਾਜ਼ਮ ਹੋ ਜਾਣਾ ਚਾਹੀਦਾ ਬਿਲਕੁਲ ਤਾਂ ਕਿ ਜਿਮ ਦੇ ਵਿੱਚ ਤੁਸੀਂ ਬਹੁਤ ਕੰਫਰਟੇਬਲ ਫੀਲ ਕਰੋ ਕਿ ਯਾਰ ਹਾਂ ਸਾਨੂੰ ਕੋਈ ਬਲੋਟ ਨਹੀਂ ਹੋ ਰਹੀ ਅਸੀਂ ਤੇ ਥੋੜਾ ਬੋਤਾ ਤੁਹਾਡਾ ਬਲੱਡ ਸ਼ੂਗਰ ਵੀ ਕੰਟਰੋਲ ਚ ਆ ਜਾਂਦਾ ਤੇ ਮੀਲ ਖਾ ਕੇ ਜਦੋਂ ਬਲੱਡ ਸ਼ੂਗਰ ਹਾਈ ਰਹਿੰਦਾ ਫ ਪਰ ਉਸ ਤੋਂ ਬਾਅਦ ਕੀ ਹੋਊਗਾ ਉਹ ਮੀਲਾ ਹੋ ਗਿਆ ਤਿੰਨ ਚਾਰ ਘੰਟੇ ਦਾ ਜਾਂ ਪੰਜ ਘੰਟੇ ਦਾ ਗੈਪ ਆਇਆ ਜਿਮ ਲਾਈ ਜਿਮ ਤੋਂ ਬਾਅਦ ਕੀ ਹੋਊਗਾ ਡਿਨਰ ਮੀਲ ਥੋੜੀ ਪੋਸਟ ਵਰਕਆਊਟ ਆਜੂਗੀ ਇੱਕ ਦੋ ਘੰਟੇ ਬਾਅਦ ਮਤਲਬ ਤੁਸੀਂ ਪਹਿਲੀ ਮੀਲ ਲਈ ਗੈਪ ਦਿੱਤਾ ਜਿਮ ਲਾਈ ਜਿਮ ਤੋਂ ਬਾਅਦ ਡਿਨਰ ਪੋਸਟ ਵਰਕ ਡਿਨਰ ਤੋਂ ਬਾਅਦ ਥੋੜਾ ਫਾਟ ਚੱਲੂਗਾ ਹੁਣ ਜਦੋਂ ਸ਼ਾਮ ਨੂੰ ਜਿਮ ਇੱਕ ਐਡੀ ਹੋ ਕੇ ਲਾਈ ਹੁੰਦੀ ਆ ਮੰਨ ਲਓ ਠੀਕ ਆ ਮਸਾਲਾ ਦੀ ਭੁੱਖ ਵਧੀ ਹੁੰਦੀ ਆ ਤੇ ਜੇ ਹੁਣ ਤੁਸੀਂ ਜਿਮ ਵੀ ਲਾਉਣਾ ਹੈ ਤੁਸੀਂ ਡਿਨਰ ਚਾਹੇ ਥੋੜਾ ਬਹੁਤਾ ਲੇਟ ਵੀ ਕਰਦੇ ਹੋ ਬਿਲਕੁਲ ਲੇਟ ਨਹੀਂ ਕਰਨਾ ਵੀ ਯਾਰ ਆਕੇ ਜਮ ਲਾ ਲਈ ਖਾ ਕੇ ਜਦੀ ਸੋਗੇ ਉਹ ਨਹੀਂ 2-3 ਘੰਟੇ ਦਾ 2 ਘੰਟੇ ਦਾ ਫਿਰ ਵੀ ਫਰਕ ਰੱਖਣਾ ਉਹ ਮਸਾਲਾ ਨੇ ਤੁਹਾਡਾ ਐਕਸਟਰਾ ਗਲੂ ਕੋ ਜਿਹੜਾ ਡਿਨਰ ਚ ਉੱਪਜੂਗਾ ਖੇਚ ਲੈਣਾ ਕਿਉਂਕਿ ਮਸਾਲਾ ਦੀ ਡਿਮਾਂਡ ਵਧੀ ਹੁੰਦੀ ਹੈ ਤੁਸੀਂ ਜਿਮ ਲੱਗ ਕੇ ਆਏ ਹੋ ਫਿਰ ਉਹਦੇ ਆਪਾਂ ਨੂੰ ਬੈਨੀਫਿਟੇ ਹੋਣਗੇ ਕਿ ਜਿਮ ਤੋਂ ਬਾਅਦ ਡਿਨਰ ਡਿਨਰ ਤੋਂ ਬਾਅਦ ਥੋੜਾ ਫਾਸਟ ਹੋ ਜਾਊਗਾ ਫਿਰ 11-12 ਵਜੇ ਤੱਕ ਮਤਲਬ ਉਹ 11 ਤੋਂ 12 ਤੋਂ 8 ਤੱਕ 8 ਘੰਟੇ ਦੀ ਟਿੰਟ ਵਿੰਡੋ ਤੁਸੀਂ ਐਦਾਂ ਰੱਖ ਸਕਦੇ ਹੋ ਜੇ ਤੁਸੀਂ ਸ਼ਾਮ ਨੂੰ ਵਰਕਆਊਟ ਕਰਦੇ ਹੋ ਜੇ ਤੁਹਾਡੇ ਕੋ ਮੇਰੇ ਵਾਲਾ ਸਿਸਟਮ ਹੈਗਾ ਉਹ ਮੈਂ ਤੁਹਾਨੂੰ ਸਮਝਾਇਆ ਹੀ ਆ ਸਪਲੀਮੈਂਟ ਕਿਹੜੇ ਲੈਣਾ ਕਿੱਥੇ ਵਰਕਆਊਟ ਕਰਨਾ ਕਿਉਂਕਿ ਸਵੇਰੇ ਵਰਕਆਊਟ ਕਰਨ ਦਾ ਇੱਕ ਅੱਡੇ ਨਜ਼ਾਰਾ ਪਹਿਲਾਂ ਪਹਿਲਾਂ ਮੈਨੂੰ 15-20 ਦਿਨ ਔਖਾ ਲੱਗਿਆ ਸੀ ਕਿਉਂਕਿ ਮੈਨੂੰ ਆਪ ਤੀ ਕੁਝ ਖਾ ਕੇ ਜਾਣ ਦੀ ਹੁਣ ਮੇਰੀ ਬਾਡੀ ਨੂੰ ਪਤਾ ਵੀ ਯਾਰ ਪਹਿਲਾ ਗਲੂਕੋਜ਼ ਜਿਹੜਾ ਸਾਰੀ ਦਿਹਾੜੀ ਚ ਖਾਦਾ ਉਹਨੂੰ ਕਿਵੇਂ ਯੂਜ਼ ਕਰਨਾ ਪਹਿਲੇ ਜਿਹੜੇ ਅਮੀਨੋ ਮੋਨੋ ਹੁੰਦੇ ਨੇ ਬੰਦੇ ਦੇ ਅੰਦਰ ਹੀ ਹੁੰਦੇ ਨੇ ਫੈਟ ਕਿੰਨੀ ਆ ਬੰਦੇ ਤੇ ਬੰਦਾ ਫੈਟ ਤੋਂ એનર્ਜੀ ਲੈਂਦਾ ਇਹ ਤਾਂ ਹੈ ਨਹੀਂ ਕਿ ਯਾਰ ਜੇ 12 12 ਘੰਟੇ 14 ਘੰਟੇ ਖਾਦਾ ਨਹੀਂ ਬੰ एनर्जी फैक्ट्रीयां ਉਹਨਾਂ ਨੂੰ ਪਤਾ ਹੁੰਦਾ ਕਿ ਹੁਣ 14 ਘੰਟੇ ਤੇ ਤੁਸੀਂ ਆਪੇ ਲਾ ਲਓ ਸਾਬ 14 ਘੰਟੇ ਦੇ ਡੀਪ ਫਾਸਟ ਤੋਂ ਬਾਅਦ ਵੀ ਮੈਂ ਜਿੰਮ ਪੂਰੀ ਠੋਕ ਕੇ ਲਾ ਲੈਣਾ ਮੇਰੀ ਬਾਡੀ ਇੰਨੀ ਜ਼ਿਆਦਾ ਫੈਟ ਅਡਾਪਟਡ ਬਣ ਗਈ ਇਹਨੂੰ ਪਤਾ ਕਿ ਬਿਨਾਂ ਫੂਡ ਤੋਂ ਕਿਦਾਂ એનર્ਜੀ ਪ੍ਰੋਡਿਊਸ ਕਰਨੀ ਆ ਸੋ ਉਹ ਹੱਤ ਪੈ ਜਾਂਦੀ ਉਹ ਕੋਈ ਬੜੀ ਗੱਲ ਨਹੀਂ ਬਾਡੀ ਨੂੰ ਜਿਵੇਂ ਮਰਜ਼ੀ ਲਾ ਲਓ ਹੁਣ ਜਿਹੜੇ ਬੰਦੇ ਕੁਛ ਖਾ ਕੇ ਜਾਂਦੇ ਨੇ 슈ਗਰ ਖਾ ਕੇ ਜਾਂਦੇ ਨੇ ਉਹੀ ਚੀਜ਼ਾਂ ਪਾ ਲਦੇ ਨੇ ਜੇ ਤਾਂ ਉਹਨਾਂ ਨੂੰ ਕੋਈ ਪ੍ਰੀ ਵਰਕਆਊਟ ਦੇ ਤਾ ਜਾਂ 슈ਗਰ ਦੇਤੀ ਉਹ ਜਿੰਮ ਲਾ ਲੈਣਗੇ ਨਹੀਂ ਉਹ ਕਹਿਣਗੇ એનર્ਜੀ ਡਾਊਨ ਪੈਂਦੀ ਆ ਉਹ ਉਹਨਾਂ ਦਾ ਕਸੂਰ ਨਹੀਂ ਜੇ ਤੁਸੀਂ ਫਾਸਟਿੰਗ ਕਰਦੇ ਹੋ ਤੁਹਾਡੀ ਬਾਡੀ ਜੂਸਟ ਹੋ ਜਾਣੀ ਆ ਤੁਸੀਂ ਕਿਹੜਾ ਰੇਬੀ ਐਮ ਵੀ ਕੰਟਰੋਲ ਆ ਤੁਹਾਨੂੰ ਕ੍ਰੇਵ ਨਹੀਂ ਹੁੰਦਾ ਸਾਡੀਆਂ ਸਾਡੀ ਦਿਨ ਦੀ ਜਿਹੜੀ ਈਟ ਮੰਡੋ ਉਹ ਵੀ ਕੰਟਰੋਲ ਚ ਆ ਸਾਨੂੰ ਬਾਰ ਬਾਰ ਨਿਸ਼ੇਵਰ ਖਾਣਾ ਪੈਂਦਾ ਸੋ ਖਾਓ ਆਪਣੇ ਕੰਮ ਕਰ ਲਗੋ ਜਿੰਮ ਲਾਓ ਖਾਓ ਆਪਣੇ ਕੰਮ ਕਰ ਲਗੋ ਦਾ ਸੈੱਟ ਕੋਈ ਮੀਲ ਪ੍ਰੈਪ ਦੀ ਟੈਨਸ਼ਨ ਨਹੀਂ ਤੁਹਾਨੂੰ ਛੇ ਛੇ ਮੀਲਾ ਬਣਾਉਣੀਆਂ ਪੈਣੀਆਂ ਨੇ ਜਾਂ ਫੇ ਤੁਸੀਂ ਸੋਚਦੇ ਹੋ ਪ੍ਰੀ-ਵਰਕਆਊਟ ਲਈਏ ਪੋਸਟ-ਵਰਕਆਊਟ ਲਈਏ ਬਾਡੀ ਨੂੰ ਟਾਈਮ ਦਿਓ ਬਾਡੀ ਨੂੰ ਕੁ ਕੈਟਾਬੋਲਿਕ ਸਟੇਜ ਤੇ ਰੱਖੋ ਕਿ ਜਦੋਂ ਫਿਰ ਐਨਾਬੋਲਿਕ ਚ ਜਾਈਏ ਬਾਡੀ ਉੱਥੇ ਬੰਬੇ ਬੁ ਜੇ 24 ਘੰਟੇ ਆਲ ਦਾ ਟਾਈਮ ਉਹਨੂੰ ਐਨਾਬੋਲਿਕ ਚ ਰੱਖਣਾ ਕਿ ਰਾਤ ਨੂੰ ਵੀ ਅੱਗੇ ਮੈਂ ਗੱਲ ਕੀਤੀ ਉੱਠ ਕੇ ਪ੍ਰੋਟੀਨ ਪੀਂਦੇ ਨੇ ਕਿ ਯਾਰ ਰਾਤ ਨੂੰ ਸਾਡੇ ਮਸਲ ਨਾ ਬ੍ਰੇਕ ਡਾਉਨ ਹੋ ਜਾਣ। ਉਹ ਆਲ ਦੀ ਟਾਈਮ ਇਨਸੂਲਿਨ ਵਗੈਰਾ ਸਾਰੇ ਹਾਰਮੋਨ ਨੂੰ ਉੱਪਰ ਰੱਖ ਦਿੰਦੇ ਨੇ ਉਹ ਤਕਾ ਦੇ ਦਿੰਦੇ ਨੇ ਉਹਨਾਂ ਨੂੰ। ਸਿੰਪਲ ਭਾਸ਼ਾ 'ਚ ਮੈਂ ਤੁਹਾਨੂੰ ਕਹਾ ਉਹ ਥੱਕ ਜਾਂਦੇ ਨੇ ਉਹਨਾਂ ਤਕੜਾ ਐਨਾਬੋਲਿਕ ਸਪੌਨ ਨਹੀਂ ਦਿੰਦੇ। ਫਾਸਟ ਤੋਂ ਬਾਅਦ ਬਾਡੀ ਅੱਗ ਮਾਰਦੀ ਆ ਪੂਰੀ। ਜਿਵੇਂ ਕਹਿੰਦੇ ਨੇ ਹੁੰਦੇ ਕਿ ਯਾਰ ਪਿਆਸੇ ਨੂੰ ਪਾਣੀ ਦੇਣਾ ਉਹ ਕੰਮ ਹੋ ਜਾਂਦਾ। ਐਦੋਂ ਵਧੇਰੇ ਕੋਈ ਐਗਜ਼ਾਮਪਲ ਨਹੀਂ ਹੋਊਗੀ ਤੁਸੀਂ ਪਿਆਸੇ ਨੂੰ ਪਾਣੀ ਵਾਲੀ ਸੋ ਇਹ ਹੀ ਸੀਗਾ ਜਿਹੜਾ ਮੇਰਾ ਪ੍ਰੋਟੋਕਾਲ ਹੈ ਕਿਉਂਕਿ ਬਹੁਤ ਵੀਰ ਕਹਿੰਦੇ ਸੀ ਕਿ ਭਾਈ ਤੁਸੀਂ ਕਿਹੜੇ ਹਿਸਾਬ ਨਾਲ ਇਹ ਚੀਜ਼ਾਂ ਫੋਲੋ ਕਰਦੇ ਹੋ ਸੋ ਆਹੀ ਸੀਗਾ ਜਿਹੜਾ ਮੇਰਾ ਪ੍ਰੋਟੋਕਾਲ ਇੱਥੇ ਬਿਲਕੁਲ ਸੈਟ ਆ ਕਦੇ-ਕਦੇ ਮੈਂ ਲੌਂਗ ਫਾਸਟ ਕਰ ਲਿਆ ਜੇ ਮੈਨੂੰ ਲੋਡ ਹੁੰਦੀ ਆ ਤਾਂ ਮੈਂ ਕਾਰਡੀਓ ਘਟਾ ਵਧਾ ਲੈਣਾ ਨਾ ਉਹ ਆਪਣੀ ਬੋਡੀ ਦੇ ਹਿਸਾਬ ਨਾਲ ਮੰਦਾ ਕਾਰਬ ਥੋੜੇ-ਬਹੁਤੇ ਅਪ ਡਾਊਨ ਕਦੇ ਬੋਡੀ ਰੀਫੀਡ ਕਰ ਲਈ ਹਫਤੇ ਦਾ ਦਰਨ ਬਾਅਦ ਚੀਟ ਮੀਲ ਕਰ ਲਈ ਤਾਂ ਕਿ ਮਸਲ ਗਲ ਇੱਕ ਜਨ ਭਰ ਜਵੇ ਤੁਹਾਡਾ ਤੁਹਾਡੇ ਹਾਰਮੋਨ ਰੀਸੈਟ ਹੋ ਜਾਣ ਤੁਹਾਡੀ ਬੋਡੀ ਸਟਾਰਵੇਸ਼ਨ ਤੇ ਨਾ ਲੱਗੇ ਕਦੇ-ਕਦੇ ਹਿੱਟ ਕਾਰਡੀ ਕਾਰਡੀਓ ਥੋੜੇ ਹਾਰਟ ਲਈ ਵਧੀਆ ਜ਼ਰੂਰੀ ਨਹੀਂ ਤੁਸੀਂ ਪਤਲੇ ਤੁਸੀਂ ਕਾਰਡੀਓ ਨਹੀਂ ਕਰਨੀ ਕਾਰਡੀਓ ਥੋੜੇ ਹਾਰਟ ਲਈ ਵਧੀਆ ਕਾਰਡੀਓ ਥੋੜਾ ਦਮ ਪੱਕਦਾ ਉਹਦੇ ਨਾਲ ਠੀਕ ਆ ਸੋ ਥੋੜੇ ਬ੍ਰੇਨ ਲਈ ਵਧੀਆ ਜਦੋਂ ਫਾਸਟ ਕਰਦੇ ਹੋ ਐਕਸਾਈ ਕਰਦੇ ਹੋ ਕਾਰਡੀਓ ਕਰਦੇ ਹੋ ਬੀ ਡੀ ਐਨ ਐਫ ਬ੍ਰੇਨ ਡ੍ਰਾਈਵ ਨਿਊਰੋਟ੍ਰੋਫਿਕ ਆਪ ਜਾਂਦੇ ਨੇ ਸੋ ਬਹੁਤ ਬੈਨੀਫਿਟ ਨੇ ਬੈਨੀਫਿਟਾਂ ਦੀ ਗੱਲ ਆਪਾਂ ਕਰਦੀਏ ਨੇ ਇਹਨਾਂ ਦਾ ਮੱਲੋ ਮੱਲੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਆ ਗੱਲ ਮੈਂ ਇੰਨੀ ਕੁ ਥੋੜਾ ਨਾਲ ਕਰਨੀ ਸੀ ਕਿ ਜਿਹੜਾ ਮੇਰਾ ਪ੍ਰੋਟੋਕਾਲ ਇਹ ਆ ਤੁਸੀਂ ਕਿਹੜਾ ਫੋਲੋ ਕਰ ਸਕਦੇ ਹੋ ਜੇ ਤੁਹਾਨੂੰ ਵਧੀਆ ਲ ਤੇ ਫਿਰ ਉਹਦੇ ਵਿੱਚ ਮੈਨੂੰ ਦੱਸਿਓ ਕੀ ਹੁਣ ਆਪਾਂ 1 ਮੀਲ ਜਦੋਂ ਮੈਂ 1 ਮੀਲ ਕਰਦਾ ਉਦੋਂ ਆਪਾਂ ਵੀਡੀਓ ਬਣਾਈ ਕਿ 1 ਬਰ ਮੀਲ ਦੇ ਵਿੱਚ ਸਾਰੀ ਦਿਹਾੜੀ ਦੇ ਵਿੱਚ ਮੈਂ ਕਿੱਦਾਂ-ਕਿੱਦਾਂ ਚੀਜ਼ਾਂ ਫੋਲੋ ਕਰਨਾ ਫਿਰ ਆਪਾਂ 1 ਮੀਲ ਓਮੈਡ ਪ੍ਰੋਟੋਕੋਲ ਤੇ ਵੀ ਇੱਕ ਵੀਡੀਓ ਬਣਾਵਾਂਗੇ ਸੋ ਇਹੀ ਸੀਗੀ ਤੁਹਾਡੇ ਲਈ ਵੀਡੀਓ ਹੁਣ ਆਪਾਂ ਮਿਲਦੇ ਆਂ ਨੈਕਸਟ ਪਾਂਚ ਦਿਸੇ ਹੈਰੀ ਮਡੇਰ ਵਾਈਗਰੂ ਮੇਰ ਕਰੇ